डेट है जी अज 26 मई 2022 ते सुबह दे बज चुके ने 5:30 ते असी हुण चल रहे हैं हेमकुंड साहब दी यात्रा दे लई, यानी कि गोबिंद धाम तो हेमकुंड साहब दे लई चल रहे हैं। थोड़े जे लेट हो गए ते बाकी कोई गल नहीं, कवर कर लाँगे। अगे जाके तुहानू हेमकुंड साहब दे दर्शन करवाउने आ, सो वीडियो लास्ट तक जरूर देखना। थोड़े थके हुए आ, चेहरे तो भी पता लग रहा होगा क्योंकि लगातार 5-6 दिनों तो ट्रैवल कर रहे उहदे करके। ਚੱਲਿਆਂ ਨੂੰ ਜੀ ਤਕਰੀਬਨ 1 ਘੰਟਾ ਹੋ ਗਿਆ, 6:13 'ਤੇ ਅਸੀਂ ਗੋਬਿੰਦ ਧਾਮ ਤੋਂ ਚੱਲੇ ਸੀ ਅਤੇ ਹੁਣ ਅਸੀਂ ਰਸਤੇ 'ਚ ਮੇਰੇ ਖਿਆਲ ਅੱਧਾ ਰਸਤਾ ਅਸੀਂ ਕਵਰ ਕਰ ਲਿਆ, 7:30 ਦਾ ਟਾਈਮ ਹੋ ਚੁੱਕਿਆ ਅਤੇ ਹੁਣ ਅਸੀਂ ਅੱਧੇ ਰਸਤੇ ਦੇ ਵਿੱਚ ਚਾਹ ਪਾਣੀ ਕੁਛ ਪੀਣ ਦੇ ਲਈ ਰੁਕੇ ਸੀ। ਕੋਸ਼ਿਸ਼ ਇਹੀ ਕਰੋ ਕਿ ਜਿੱਥੇ ਸਟੇ 1 ਕਰੋ, ਅਤੇ ਹੇਮਕੁੰਡ ਸਾਹਿਬ ਜਾ ਰਹੇ ਹੋ ਥੋੜ੍ਹਾ ਸਾਹ ਸੂਹ ਲੈਣਾ, ਰੁਕ ਕੇ ਖੜ੍ਹ ਕੇ ਖੜ੍ਹੇ ਖੜ੍ਹੇ ਸਾਹ ਲੈ ਲਓ, ਬੈਠਣ ਦੀ ਕੋਸ਼ਿਸ਼ ਨਾ ਕਰੋ ਅਤੇ ਖੜ੍ਹੇ ਖੜ੍ਹੇ ਸਾਹ ਲਓ ਅਤੇ ਇੱਕ ਜਗ੍ਹਾ 'ਤੇ ਪ੍ਰੋਪਰ ਰੈਸਟ ਕਰ ਲਓ। ਉਹ ਵੀ ਰੈਸਟ ਮਤਲਬ ਇਹ ਨਹੀਂ ਤੁਸੀਂ ਘੰਟਾ ਅੱਧਾ ਘੰਟਾ ਬੈਠਾ ਰਹੇ ਹੋ, ਤੁਸੀਂ 20-25 ਮਿੰਟ ਆਪਦਾ ਪਿਆ ਕਿ ਚਾਹ ਪਾਣੀ ਪੀ ਕੇ ਫਿਰ ਅੱਗੇ ਨੂੰ ਨਿਕਲੋ। ਇੱਕ ਜਿਹੜੀ ਦੂਸਰੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਇਹ ਕਰਨੀ ਸੀ ਕਿ ਹੁਣ ਵੈਲੀ ਆਫ ਫਲਾਵਰ ਆ ਜਿਹੜੀ ਉਹ ਬੰਦ ਆ, ਜਾਣੀ ਕਿ ਫੁੱਲਾਂ ਦੀ ਘਾਟੀ ਉਹ ਬੰਦ ਆ, ਅਤੇ ਤੁਸੀਂ ਉਸ ਹਿਸਾਬ ਦਾ ਕੋਈ ਪਲੈਨ ਨਾ ਕਰਿਓ ਕਿ ਵੈਲੀ ਆਫ ਫਲਾਵਰ ਜਾਣ ਦਾ। ਉਹ ਜੁਲਾਈ ਦੇ ਵਿੱਚ ਓਪਨ ਹੋਏਗੀ ਪਰ ਉਸ ਨੂੰ ਸਹੀ ਦੇਖਣ ਦਾ ਜਿਹੜਾ ਟਾਈਮ ਆ ਉਹ ਅਗਸਤ ਦਾ, ਅਤੇ ਅਗਸਤ ਦੇ ਵਿੱਚ ਚੰਗੀ ਤਰ੍ਹਾਂ ਨਾਲ ਫਲਾਵਰ ਪੂਰੇ ਐਨ ਖਿੜ ਜਾਂਦੇ ਨੇ, ਕਿਉਂਕਿ ਜੇ ਆਪਾਂ ਜੁਲਾਈ ਦੇ ਵਿੱਚ ਵੀ ਜਾਂਦੇ ਹਾਂ ਅਤੇ ਜੂਨ ਦੇ ਵਿੱਚ ਵੀ ਜਾਂਦੇ ਹਾਂ, ਸੋਰੀ ਜੁਲਾਈ ਦੇ ਵਿੱਚ ਜਾਂਦੇ ਹਾਂ ਤਾਂ ਇੰਨੀ ਤਰ੍ਹਾਂ ਨਾਲ ਉਹ ਖਿੜੇ ਨਹੀਂ ਹੁੰਦੇ, ਅਤੇ ਕੁਛ ਕੁਛ ਫੁੱਲ ਹੁੰਦੇ ਨੇ ਜਿਹੜੇ ਖਿੜੇ ਹੁੰਦੇ ਨੇ, ਪਰ ਜੇਕਰ ਤੁਸੀਂ ਹੇਮਕੁੰਡ ਸਾਹਿਬ ਆਉਂਦੇ ਹੋ ਤਾਂ ਉਹ ਚੀਜ਼ ਤੁਸੀਂ ਜੇਕਰ ਜੁਲਾਈ ਦੇ ਵਿੱਚ ਆਉਂਦੇ ਤਾਂ ਮਿਸ ਨਾ ਕਰੋ, ਉਹ ਬਹੁਤ ਦੇਖਣ ਵਾਲੀ ਵਧੀਆ ਚੀਜ਼ ਆ ਵੈਲੀ ਆਫ ਫਲਾਵਰ, ਜਾਣੀ ਕਿ ਫੁੱਲਾਂ ਦੀ ਘਾਟੀ। ਇਹ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਵੈਲੀ ਆਫ ਫਲਾਵਰ ਦਾ ਰੋਡ ਆ ਇਹ ਸਾਹਮਣੇ ਵਾਲਾ, ਜਿਹੜਾ ਕਿ ਹੁਣ ਪ੍ਰੋਪਰ ਬੰਦ ਆ ਕਿਉਂਕਿ ਉੱਧਰ ਨੂੰ ਕੋਈ ਜਾ ਨਹੀਂ ਰਿਹਾ, ਅਤੇ ਨਹੀਂ ਕਾਫੀ ਲੋਕ ਉੱਧਰ ਨੂੰ ਜਾਂਦੇ ਨੇ, ਇੱਥੋਂ ਕਾਫੀ ਦੂਰ ਆ। ਇਹ ਵੈਲੀ ਆਫ ਫਲਾਵਰ ਦਾ ਰਸਤਾ ਸਾਰਾ, ਆ ਅੱਗੇ ਜੰਗਲ ਆ ਗਿਆ ਅਤੇ ਉਸ ਤੋਂ ਅੱਗੇ ਵੈਲੀ ਆਫ ਫਲਾਵਰ ਸਟਾਰਟ ਹੋ ਜਾਂਦੀ ਆ। ਗਲੇਸ਼ੀਅਰ ਆ ਗਿਆ ਜੀ ਜਦੋਂ ਹੇਮਕੁੰਡ ਸਾਹਿਬ ਆਪਾਂ 3 ਕਿਲੋਮੀਟਰ ਰਹਿੰਦਾ ਅਤੇ ਗਲੇਸ਼ੀਅਰ ਸਟਾਰਟ ਹੋ ਜਾਂਦਾ। ਇਹ ਆਰਮੀ ਇਹਨੂੰ ਕੱਟ ਕੇ ਰਸਤਾ ਬਣਾਉਂਦੀ ਹੈ ਜਦੋਂ ਆਉਂਦੀ ਹੈ, ਕਿਉਂਕਿ ਇੱਥੇ ਬਹੁਤ ਜ਼ਿਆਦਾ ਬਰਫ਼ ਹੁੰਦੀ ਆ। ਇੱਥੋਂ ਜੀ 2 ਰਸਤੇ ਜਾਂਦੇ ਨੇ, ਇੱਕ ਪੌੜੀਆਂ ਵਾਲਾ ਅਤੇ ਇੱਕ ਜਿਹੜਾ ਆਪਾਂ ਟਰੈਕ ਹੁੰਦਾ ਨੋਰਮਲੀ, ਜਿਹਦਾ ਤੁਹਾਡਾ ਸਟੈਮਿਨਾ ਵਧੀਆ ਐਥਲੀਟ ਹੋ ਜਾਂ ਯੰਗ ਏਜ ਹੋ ਤੁਸੀਂ ਪੌੜੀਆਂ ਵਾਲੇ ਰਸਤੇ ਜਾ ਸਕਦੇ ਹੋ, ਪਰ ਮੈਂ ਪ੍ਰੈਫਰ ਇਹੀ ਕਰੂੰਗਾ ਕਿ ਤੁਸੀਂ ਸਿੰਗਲ ਟਰੈਕ 'ਤੇ ਚੱਲੋ, ਕਿਉਂਕਿ ਇਹ ਥੋੜ੍ਹਾ ਕਿਤੇ ਪੱਧਰਾ ਵੀ ਆ ਜਾਂਦਾ। ਕਰੋ ਸੰਗ ਤੋਂ ਹੇਮਕੁੰਡ ਸਾਹਿਬ ਦੇ ਪਹਿਲੇ ਦਰਸ਼ਨ, ਪਹਿਲੀ ਝਲਕ ਆ ਜੀ ਹੇਮਕੁੰਡ ਸਾਹਿਬ ਦੀ, ਕਰੋ ਦਰਸ਼ਨ, ਬਾਕੀ ਤੁਹਾਨੂੰ ਅੰਦਰ ਜਾ ਕੇ ਵੀ ਕਰਾਵਾਂਗੇ। ਬਹੁਤ ਸੰਗਤ ਆ ਜੀ,
हेलो वाहेगुरु कहो वाहेगुरु ਆਪਣੇ ਜਨਤੀ ਆਪ ਕਰਨੇ ਹਾਰ ਚੌਥੇ ਕਰੇ ਰੰਗ ਵਿਆਪਾਰ ਮਨ ਮੇ ਆਪ ਮਨੇ ਆਪਣੇ ਮਾਹੇ ਨਾਲ ਜਾਏ नेट चल रहा भगवान इसके लिए गाने ਸਤਿਗੁਰੂ ਸਿੰਘ ਕਉ ਨਾਮ ਧੰਨ ਦੇ ਗੁਰਦਾਸ ਸਿੰਘ ਵਿਭਾਗੀ ਹੈ ਸਤਿਗੁਰ ਸਿੰਘ ਕਾਗਤ ਪਦ ਸਵਾਰ ਨਰ ਸਤਿਗੁਰ ਸਿੰਘ ਕਉ ਜੀ ਨਾਮ ਸਮਾਰ ਗੁਰ ਕਾ ਗ੍ਰਹਿ ਸੇ ਪੁਜ ਰਹਾ ਗੁਰ ਕੀ ਆਗਿਆ ਮਨ ਮਸ ਹੈ ਆਪਕੋ ਗੰਗਾ ਸੁਨਾ ਜਨਾਵ ਹਰ ਹਰ ਨਾ ਬ੍ਰਿਜ ਸਤਿਆਵੈ ਮਨ ਪੇਚੈ ਦੁਸ਼ਟ ਪੇਖਾ ਨ ਸੰਤਾ ਗੁਣ ਬੇਅੰਤ ਕੀਮਤ ਨਹਿ ਪਾਏ ਨਾਮ ਜਿਸ ਭਾਰ ਸਲੇ ਨਲਾਏ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੇ ਪਾਈ ਕਣਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰਹਿ ਸਤਿਬਲਿਹਾਰੀ ਸਤਿਗੁਰੇ ਆਪਣੇ ਨਾਮ ਜਿਸ ਪ੍ਰਸਾਦ ਆਸਾ ਪ੍ਰਭ ਜਪਣੇ ਇਹੋ ਹਾਰਾ ਸਿਵ ਪਾਵੈ ਜਿਨੇ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸਹੋ ਵਾਹਿਗੁਰੂ 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 ਜਿਤਿਆਵੇ ਜਿਤਿਆਵਨ ਕਾ ਸਦਕਾ ਸਰਬ ਸੁਖ